खरड़ नगर कौंसल की प्रधानगी का मुद्दा दिन प्रतिदिन भखता ही जा रहा है। वख-वख तरह के अफवाहों का बाजार भी गर्म होता जा रहा है। इस वेले श्रोमणी अकाली दल के परले के 15 कौंसल हैं और सत्ताधारी पार्टी कांग्रेस के परले में महज 12 कौंसल हैं, जिस करके बीते दिन प्रधानगी की चोण एक बार मुलतवी हो चुकी है। शहर के कुछ अफवाह कि श्रोमणी अकाली दल छड़ के कुछ कौंसलर कांग्रेस शामिल हो गए हैं। इन्होंने अफवाहों का खंडन करने के लिए श्रोमणी अकाली दल हलका इंचार्ज रणजीत सिंह गिल वालों 15 कौंसल पत्रकार वार्ता की गई। इस मौके रणजीत सिंह गिल ने कहा कि सरकार के वलों श्रोमणी अकाली दल के कौंसलों के उत्ते दबाव बनाया जा रहा है कि वह कांग्रेस के बीच शामिल हो जाए, पर 15 के 15 कौंसलर श्रोमणी अकाली दल के नाल बिल्कुल चट्टान वांग खड़े हैं। उन्होंने सरकार से भी कई तरह के दोष लगाए। खरड़ तो मेरा पंजाब न्यूज़ लई प्रदीप वर्मा की विशेष रिपोर्ट। ਸਾਬ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ? ਜੀ ਦੇਖੋ, ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ। ਇੱਕ ਤਾਂ ਜੋ ਸ਼ਹਿਰ ਦੇ ਵਿੱਚ ਅਲੱਗ ਅਲੱਗ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਵੀ ਮੈਂਬਰ ਸਾਡੇ ਨਾਲ ਆ ਗਏ, ਮੈਂਬਰ ਅਸੀਂ ਤੋੜ ਲਏ, ਅਤੇ ਇੱਕ ਤਾਂ ਉਹ ਅਸੀਂ ਦੱਸਿਆ ਵੀ ਅਸੀਂ 15 ਹੀ ਬੰਦੇ ਆ ਬੈਠੇ ਨੇ ਇਕੱਠੇ ਆ, ਸਾਡਾ ਇੱਕ ਅਸੀਂ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਅਸੀਂ ਦਿਲੋਂ ਇਕੱਠੇ ਹੋਏ ਹਾਂ ਸਾਰੇ ਬੰਦੇ। ਦੂਸਰਾ ਜਿਹੜਾ ਕਹਿੰਦੇ ਨੇ ਦੋਸ਼ ਲਾਉਂਦੇ ਨੇ ਅਕਾਲੀ ਦਲ ਨੇ ਕਿਡਨੈਪ ਕਰ ਲਿਆ, ਤੁਹਾਡੇ ਸਾਹਮਣੇ ਖਰੜ ਦੇ ਵਿੱਚ ਬੈਠੇ ਹਾਂ, ਸਾਰੇ ਹੀ ਬੈਠੇ ਹਾਂ ਖਰੜ ਦੇ ਵਿੱਚ, ਉਹ ਦੋਸ਼ ਦੇ ਖਿਲਾਫ ਵੀ ਅਸੀਂ ਕਿਹਾ ਵੀ ਇਹ ਜੋ ਦੋਸ਼ ਲਾਉਂਦੇ ਨੇ ਉਹ ਵੀ ਤਾਂ ਕਿ ਉਹ ਕਲੀਅਰ ਹੋ ਸਕੇ। ਦੂਸਰਾ, ਅਸੀਂ ਅੱਜ ਇਹ ਜਿਹੜੀ ਆਪਣੇ ਪ੍ਰੈਸ ਕਾਨਫਰੰਸ ਕੀਤੀ ਹੈ, ਅਸੀਂ ਇਹ ਮੰਗ ਕਰਦੇ ਹਾਂ ਵੀ ਉਸ ਦਿਨ ਜੋ ਲੋਕਤੰਤਰ ਦਾ ਕਤਲ ਕੀਤਾ ਇਹਨਾਂ ਨੇ, ਮਿਲ ਕੇ ਵਿੱਚੇ ਸਾਡੇ ਪ੍ਰਸ਼ਾਸਨ ਮਿਲ ਗਿਆ, ਵਿੱਚੇ ਸਰਕਾਰ ਦੇ ਦਬਾਅ 'ਚ ਪੋਲੀਟੀਕਲੀ ਸਿਸਟਮ ਮਿਲ ਗਿਆ, ਸੋ ਸਾਰਿਆਂ ਨੇ ਮਿਲ ਕੇ ਜਿਹੜਾ ਇਹ ਉੱਥੇ ਕਤਲ ਹੋਇਆ ਉਦੋਂ ਲੋਕਤੰਤਰ ਦਾ, ਸੋ ਉਹਦੇ ਖਿਲਾਫ ਅਸੀਂ ਤੁਹਾਨੂੰ ਇੱਕ ਸਰਕਾਰ ਤੋਂ ਮੰਗ ਵੀ ਕਰਦੇ, ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਬਈ ਤੁਸੀਂ ਜਿਹੜੇ ਬੰਦਿਆਂ ਨੇ, ਦੇਖੋ ਵੀਡੀਓਗ੍ਰਾਫੀ ਹੋਈ ਵੀ ਹੈ, ਜਿਹੜੇ ਬੰਦਿਆਂ ਨੇ ਉੱਥੇ ਇਹ ਉੱਥੇ ਹੱਲਾ ਗੁੱਲਾ ਕੀਤਾ, ਕੁਰਸੀਆਂ ਤੋੜੀਆਂ, ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕੀਤਾ, ਮੀਟਿੰਗ ਨੂੰ ਕੈਂਸਲ ਕਰਾਉਣ ਲਈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ, ਮੈਂ ਤਾਂ ਕਹਿੰਦਾ ਸਾਡੇ ਸ਼ਹਿਰ ਦੀ ਇੱਕ ਬੇਇੱਜ਼ਤੀ ਕੀਤੀ ਗਈ ਇਹਨਾਂ ਲੋਕਾਂ ਵੱਲੋਂ ਵੀ ਸਾਡੇ ਸ਼ਹਿਰ ਦੇ ਇੱਥੇ ਸਾਰਿਆਂ ਨੇ ਚੁਣ ਕੇ ਜੋ ਨੁਮਾਇੰਦੇ ਭੇਜੇ ਸੀ ਇਹ ਉਹਨਾਂ ਦੇ ਖਿਲਾਫ਼ ਨਹੀਂ ਹੈ, ਪੂਰੇ ਸ਼ਹਿਰ ਦੇ ਖਿਲਾਫ਼ ਇਹਨਾਂ ਨੇ ਸ਼ਡਿਅੰਤਰ ਰਚਿਆ। ਸੋ ਅਸੀਂ ਉਹ ਮੰਗ ਕਰਦੇ ਹਾਂ ਵੀ ਉਹ ਵੀਡੀਓਗ੍ਰਾਫੀ ਦੇ ਆਧਾਰ 'ਤੇ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ 'ਤੇ ਪਰਚਾ ਦਿੱਤਾ ਜਾਵੇ। ਅਤੇ ਸਰ, ਹੁਣ ਜਿਹੜੀ ਹੈ 3 ਤਰੀਕ ਜਿਹੜੀ ਪ੍ਰਧਾਨਗੀ ਦੀ ਚੋਣ ਦੀ ਜਿਹੜੀ ਹੈ ਤਰੀਕ ਰੱਖੀ ਗਈ ਹੈ, ਅਗਰ ਪਹਿਲਾਂ ਧੱਕਾ ਹੋਇਆ ਤਾਂ ਹੁਣ ਨਹੀਂ ਧੱਕਾ ਹੋ ਸਕਦਾ, ਜੇ ਅਗਰ ਫਿਰ ਧੱਕਾ ਆਉਂਦਾ ਤਾਂ ਫਿਰ ਅਕਾਲੀ ਦਲ ਵੱਲੋਂ ਕੀ ਸਟੈਂਡ ਦਿੱਤਾ ਜਾਵੇਗਾ? ਦੇਖੋ, ਅਸੀਂ ਮਾਨਯੋਗ ਹਾਈ ਕੋਰਟ ਗਏ ਵੇ ਹਾਂ, ਹਾਈ ਕੋਰਟ ਦੇ ਨਜ਼ਰ ਇਹਦੇ ਉੱਤੇ ਹੈ, 30 ਤਰੀਕ ਤੋਂ ਪਹਿਲਾਂ ਉਹਨਾਂ ਨੇ ਪ੍ਰਸ਼ਾਸਨ ਤੋਂ ਜਵਾਬ ਵੀ ਮੰਗ ਲਿਆ ਵੀ ਕਿਸ ਕਾਰਨ ਕਰਕੇ ਤੁਸੀਂ ਲਾਅ ਐਂਡ ਆਰਡਰ ਮੇਨਟੇਨ ਨਹੀਂ ਕਰ ਸਕੇ, ਕਿਉਂ ਤੁਸੀਂ ਮੀਟਿੰਗ ਕੈਂਸਲ ਕੀਤੀ, ਕਿਉਂ ਨਹੀਂ ਤੁਸੀਂ ਉੱਥੇ ਜਿਹੜੇ ਪ੍ਰਬੰਧ ਹੈ ਸਹੀ ਕੀਤੇ, ਉਹਦਾ ਜਵਾਬ ਇਹਨੇ ਪ੍ਰਸ਼ਾਸਨ ਨੇ ਉੱਥੇ 30 ਤਰੀਕ ਤੱਕ ਦੇਣਾ। ਅਸੀਂ ਉੱਥੇ ਮੰਗ ਵੀ ਕਰਾਂਗੇ 30 ਤਰੀਕ ਨੂੰ ਵੀ ਸਾਨੂੰ ਭਰੋਸਾ ਹੀ ਨਹੀਂ ਹੈਗਾ ਸਰਕਾਰ 'ਤੇ ਜਾਂ ਪ੍ਰਸ਼ਾਸਨ 'ਤੇ, ਤੁਸੀਂ ਅਬਜ਼ਰਵਰ ਲਗਾ ਦਿਓ।